ਹਲਵਾ ਹੋ ਗਿਆ ਜੀ ਬਿਲਕੁਲ ਮਾਸ਼ਾਅੱਲਾ ਰੈਡੀ। ਦੇਖਦੇ ਹਾਂ ਇਹ ਤਾਂ ਕਿਧਰੇ ਨਹੀਂ ਪੰਚਰ ਪੁੰਚਰ ਹੋਇਆ ਪਿਆ, ਅੱਜ ਕੰਮ ਤੇ ਆ ਗਿਆ ਨਾ। ਨਹੀਂ ਇਹ ਠੀਕ ਹੈ ਮਾਸ਼ਾਅੱਲਾ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਜੀ, ਕੀ ਹਾਲ ਚਾਲ ਨੇ ਸਾਰਿਆਂ ਦੇ? ਔਰ ਅੱਜ ਹੈ ਜੀ ਲਾਸਟ ਡੇ ਸੁਬੋ, ਅਲਹਮਦੁਲਿਲਾਹ ਜੀ ਈਦ ਹੈ। ਔਰ ਸਾਰੇ ਭੈਣ ਭਾਈਆਂ ਨੂੰ ਹੱਜ ਮੁਬਾਰਕ, ਜਿੰਨੇ ਕੁ ਮੁਸਲਮਾਨ ਭੈਣ ਭਾਈ ਹੱਜ ਕਰਨ ਗਏ ਹੋਏ ਨੇ ਉਹਨਾਂ ਨੂੰ ਹੱਜ ਮੁਬਾਰਕ, ਔਰ ਜਿਹੜੇ ਨਹੀਂ ਕਰਨ ਗਏ ਹੋਏ ਅੱਲਾਹ ਪਾਕ ਉਹਨਾਂ ਨੂੰ ਗੁੰਜਾਇਸ਼ ਦੇਵੇ, ਅੱਲਾਹ ਪਾਕ ਉਹਨਾਂ ਦੇ ਕੋਈ ਵਸੀਲਾ ਬਣਾਵੇ ਔਰ ਉਹ ਵੀ ਜਿਹੜਾ ਕਹਿੰਦਾ ਹੱਜ 'ਤੇ ਜਾਵਣ। ਸਾਡੀ ਇਹ ਦੁਆ ਹੈ ਕਿ ਅੱਲਾਹ ਪਾਕ ਸਾਨੂੰ ਵੀ ਲੈ ਜਾਵੇ। ਔਰ ਮਾਸ਼ਾਅੱਲਾ ਜੀ ਅੱਜ ਨਾ ਅਸੀਂ ਬਣਾਉਣ ਲੱਗਿਆ ਹਲਵਾ। ਹਾਂਜੀ, ਉਹ ਜਿਹੜਾ ਪੇਠਾ ਲੈ ਕੇ ਆਉਂਦਾ ਸੀ ਉਹਦਾ ਨਾ, ਅੱਜ ਮੈਂ ਕਿਹਾ ਹਲਵਾ ਬਣਾਈਏ ਸੁਬਹ, ਜਿਹੜਾ ਹੈਗਾ ਨਹੀਂ ਤੇ ਸੁਬਹ ਖਾਵਾਂਗੇ, ਅੱਜ ਬਣਾ ਕੇ ਰੱਖ ਲੈਂਦੇ ਹਾਂ। ਅੱਛਾ, ਦੁੱਧ ਵਾਲਾ ਬਣਾਉਣਾ ਹਲਵਾ ਕਿ ਕਿਹੜਾ ਬਣਾਉਣਾ? ਸਾਦਾ ਬਣਾ ਲਈਏ, ਸਹੀ ਹੈ। ਦੁੱਧ ਵਾਲੀ ਤਾਂ ਖੀਰ ਵਗੈਰਾ ਬਣਾਈ ਦੀ ਹੈ ਨਾ, ਸਾਦਾ ਦੇਸੀ ਘੀ ਵਾਲਾ ਬਣਾਉਂਦੇ ਹਾਂ, ਸਹੀ ਹੈ ਨਾ। ਦੇਸੀ ਘੀ ਵਾਲਾ ਸਾਦਾ ਪੇਠੇ ਦਾ ਹਲਵਾ ਜਿਹੜਾ ਹੈਗਾ, ਚੁੱਲ੍ਹਾ ਵਗੈਰਾ ਇੱਥੇ ਲਿਆ ਕੇ ਰੱਖ ਲਿਆ। ਔਰ ਇਹ ਦੇਖ ਸਾਰੇ ਸੜੇ ਪਏ ਨੇ ਬੂਟੇ। ਗਰਮੀ ਹੁਣ ਇੰਨੀ ਨਹੀਂ ਹੈ, ਗਰਮੀ ਤਕਰੀਬਨ ਟੈਂਪਰੇਚਰ ਹੁਣ ਕਾਫੀ 2-4 ਪੁਆਇੰਟ ਘੱਟ ਗਿਆ ਟੈਂਪਰੇਚਰ। ਲੇਕਿਨ ਮਸਲਾ ਪਤਾ ਕੀ ਹੋਇਆ ਖੜਾ? ਮਸਲਾ ਇਸ ਗੱਲ ਦਾ ਕਿ ਕਿਆਰੀਆਂ ਹੈਗੀਆਂ ਨੇ ਮਸਲ 30 ਮਿੰਟ ਦੀਆਂ, ਠੀਕ ਹੈ, ਅਤੇ ਉਹ ਵਿਹਲੀ ਜਗ੍ਹਾ 'ਤੇ ਪਈਆਂ ਨੇ, ਜਾਂ ਪਾਣੀ ਥੋੜ੍ਹਾ ਜਿਹਾ ਕੰਮ ਹੁੰਦਾ ਇਹਨਾਂ 'ਤੇ, ਕਿਆਰੀਆਂ ਮਸਲ ਖੁਸ਼ਕ ਹੋ ਜਾਂਦੀਆਂ ਅਤੇ ਜੜ੍ਹਾਂ ਨੂੰ ਜਿਹੜੀ ਹੈਗੀ ਨਾ ਥੋੜ੍ਹੀ ਜਿਹੀ ਗਰਮੀ ਲੱਗ ਜਾਂਦੀ ਥੱਲੋਂ, ਜੜ੍ਹਾਂ ਖੁਸ਼ਕ ਹੋ ਜਾਂਦੀਆਂ ਨੇ ਉਹਦੀ ਵਜ੍ਹਾ ਸਾਰੇ। ਇਹ ਆਪਾਂ ਨਾ ਇੰਝ ਕਰੀ, ਕਿਆਰੀਆਂ ਤੋਂ ਵੈਸੇ ਵੀ ਚੱਕਣੇ ਆ, ਜਿਸ ਤਰ੍ਹਾਂ ਪੌਦਾ ਲਾਇਆ ਨਾ ਥੱਲੇ ਖੱਟ ਕੇ, ਖੱਡਾ ਥੱਲੇ ਜ਼ਮੀਨ ਦੇ ਵਿੱਚ ਲੱਗ ਗਿਆ ਨਾ, ਫਿਰ ਨਹੀਂ ਖੁਸ਼ਕ ਹੁੰਦੇ, ਜੋ ਮਰਜ਼ੀ ਹੋ ਜਾਵੇ। ਮੈਂ ਕੋਸ਼ਿਸ਼ ਕਰਨ ਲੱਗਿਆਂ ਕਿ ਤੋੜ ਤੱਕ ਨਾ, ਬਲਕਿ ਬੜੀ ਮੁਸ਼ਕਿਲ ਬੜੀ ਹੋਵੇਗੀ ਤੋੜ ਤੱਕ ਪੱਟਣ, ਕਿਉਂਕਿ ਥੱਲੇ ਸੀਮਿੰਟ ਬਜਰੀ ਪਾਇਆ ਹੋਇਆ। ਤੋੜ ਤੱਕ ਇਹੋ ਜਿਵੇਂ ਕਿਆਰੀ ਹੈ ਨਾ, ਤੋੜ ਤੱਕ ਇੱਟ ਇੱਟ ਜਿਹੜੀ ਹੈ ਨਾ ਚੁਕਾ ਦਿੰਦੇ ਹਾਂ, ਜਿੰਨੀ ਜਿੰਨੀ ਕਿਆਰੀ ਆ ਤੋੜ ਤੱਕ ਜਿਹੜਾ ਹੈਗਾ ਪੌਦੇ ਧਨੀਆ ਮਸਲ ਅਤੇ ਸਬਜ਼ੀਆਂ ਵਗੈਰਾ ਵੀ ਲੱਗ ਗਈਆਂ ਕਰਨਗੀਆਂ ਆਸਾਨੀ ਨਾਲ। ਲੱਗ ਤਾਂ ਪੱਟ ਤਾਂ ਇੱਥੇ ਦਈ ਆ ਉਰਲੀ ਸਾਈਡ 'ਤੇ ਜਿੱਥੇ ਆ ਸੋਲੰਗ ਲੱਗਿਆ, ਲੇਕਿਨ ਫਿਰ ਇਹ ਨਾ ਰਸਤਾ ਹੈ ਨਾ ਇੱਥੇ ਵਿੱਚ ਸੈਂਟਰ 'ਚ ਆ ਜਾਂਦਾ, ਉਹ ਥੋੜ੍ਹਾ ਜਿਹਾ ਨਾ ਸਾਈਡ 'ਤੇ ਆ। ਕਿ ਤੁਸੀਂ ਮਛਰਾ ਦਿਓ, ਸੋਲੰਗ ਲੱਗਿਆ ਹੋਇਆ ਸਾਰਾ, ਇਹ ਆ ਤੋੜ ਤੱਕ ਇਸ ਤਰੀਕੇ ਜਿਹੜਾ ਹੈਗਾ ਨਾ, ਪਟਾ ਦੀ ਵੀ ਕਿ ਨਾ ਪਟਾ ਦੀ, ਕਿਉਂਕਿ ਇਹਦੇ ਵਿੱਚ ਤਾਂ ਨਾ ਸਹੀ ਤਰੀਕੇ ਗਰੋ ਨਹੀਂ ਕਰਦੇ ਪਏ ਪੌਦੇ, ਜਿੰਨੇ ਹੀ ਲਾਏ ਸੀ ਨਾ। ਇਹ ਦੇਖੋ ਨਾ, ਇਹ ਹਾਲ ਹੋਇਆ ਪਿਆ ਜੇ ਪੌਦਿਆਂ ਦਾ ਬਿਲਕੁਲ। ਇਹ ਦੇਖੋ, ਇਹ ਦੇਖੋ ਸਾਰੇ ਪੌਦੇ, ਬਸ ਆਖਰੀ ਸਾਹ ਇਹਨਾਂ ਦਾ ਚੱਲਦਾ ਪਿਆ। ਇਹ ਦੇਖੋ ਬਿਲਕੁਲ ਸੜ ਸੁੱਕ ਗਏ ਨੇ। ਇਹ ਇੱਕ ਸੂਰਜਮੁਖੀ ਦਾ ਪੌਦਾ ਸੀ, ਇਹ ਦੇਖੋ ਇਹਦਾ ਕੀ ਹਾਲ ਹੋਇਆ ਪਿਆ, ਬਲਕਿ ਇਹ ਹਾਲ ਹੋਇਆ ਪਿਆ। ਥੱਲੋਂ ਦੇਖ ਲਓ ਸਾਰਾ ਬਿਲਕੁਲ ਤਬਾਹੀ ਲੱਥੀ, ਕੁਛ ਸਮਝ ਨਹੀਂ ਆ ਰਹੀ ਇਹਨਾਂ ਨੂੰ ਕੀ ਹੋ ਰਿਹਾ। ਚਲੋ ਜੀ, ਪਕਾਈਏ ਹਲਵਾ ਵਗੈਰਾ, ਇਹ ਤਾਂ ਫਿਰ ਬਾਅਦ ਦੀਆਂ ਗੱਲਾਂ ਨੇ। ਪੇਠਾ ਸਾਡਾ ਆ ਚੁੱਕਿਆ, ਔਰ ਇਹ 2-4 ਦਿਨ ਹੋਰ ਪਿਆ ਰਹਿੰਦਾ ਨਾ ਅਤੇ ਸੁੱਕ ਜਾਣਾ ਸੀ, ਕਿਉਂਕਿ ਬਲਕਿ ਨਹੀਂ ਸੁੱਕਦੇ ਮੇਰੇ ਖਿਆਲ, ਜਲਦੀ ਨਹੀਂ ਖਰਾਬ ਹੁੰਦੇ। ਹਾਂ ਇਹ ਕਿਹੜਾ ਤਰਬੂਜ਼ ਹੈ ਜਿਹੜਾ ਨੇ ਖਰਾਬ ਹੋ ਜਾਣਾ ਪੇਠਾ। ਚਲੋ ਜੀ, ਕੱਟਣੇ ਨੂੰ ਦੇਖਣੇ ਆ ਕਿਸ ਤਰ੍ਹਾਂ ਅੱਲਾ ਕਰੇ ਹੁਣ ਸਹੀ ਨਿਕਲੇ ਵਿੱਚੋਂ। ਵਿੱਚੋਂ ਤੇ ਕਾਫੀ ਸਾਰਾ ਖਾਧੀ ਹੁੰਦਾ। ਹਾਂਜੀ, ਪਹਿਲੇ ਇੱਕ ਡਾਲੀ ਲਾ ਕੇ ਚੈੱਕ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਨਿਕਲਦੀ ਹੈ। ਹਾਂਜੀ ਮਾਸ਼ਾਅੱਲਾ ਠੀਕ ਠਾਕ ਨਿਕਲਿਆ ਨਾ। ਹਾਂਜੀ ਦੇਖੋ ਜੀ, ਇਹਨਾਂ ਦਾ ਵੈਸੇ ਬੀਜ ਆਪਾਂ ਰੱਖਣ ਲੱਗੀ ਆ ਉਧਰੇ ਗਾੜੇ ਚ ਰਸਾਲ ਪਿੱਠੇ ਇਸੇ ਨਹੀਂ ਹੋ, ਇੰਨੇ ਨਹੀਂ ਨਾ ਆਪਾਂ ਚਾਹੀਦੇ, ਆਪਾਂ ਵੈਸੇ ਬੀਜ ਰੱਖ ਲਾ, ਕਿਸੇ ਨੂੰ ਦੇ ਦੇਵਾਂਗੇ। ਹਾਂ ਬਿਲਕੁਲ ਪੱਕਾ ਬੀਜ ਹੈ, ਦੇਖੋ ਨਾ ਮਾਸ਼ਾਅੱਲਾ। ਮੋਬਾਈਲ ਨੂੰ ਵਿੱਚ ਹੀ ਲੈ ਗਿਆ ਸੀ। ਪੇਠੇ ਦੀ ਸਫਾਈ ਦਾ ਕੰਮ ਜਿਹੜਾ ਹੈਗਾ ਨਾ ਸ਼ੁਰੂ ਕਰਦਾ।
ਉਪਰੋਂ ਉਪਰੋਂ ਜੇ ਜਾਲਾ ਜਿਹਾ ਲਾਇਆ ਜਾ ਰਿਹਾ ਜਿਹੜਾ ਵਿੱਚ ਹੈਗਾ। ਇਹ ਦੇਖੋ ਔਰ ਬਿਲਕੁਲ ਇਸ ਤਰੀਕੇ ਸਾਫ਼ ਕਰਕੇ ਦੋਨਾਂ ਸਾਈਡਾਂ ਤੋਂ ਕਟਾਈ ਕਰਕੇ ਕੁਛ ਇਸ ਤਰੀਕੇ ਔਰ ਛਿੱਲਾਂ ਦੀਆਂ ਕਿੰਨੀਆਂ ਪਿਆਰੀਆਂ ਲੱਗਦੀਆਂ ਪਈਆਂ ਦੇਖੋ। ਇਹ ਖਰਗੋਸ਼ ਨੂੰ ਵੀ ਪਾਵਾਂਗੇ ਤੇ ਮੱਝ ਨੂੰ ਪਾਉਂਦੇ ਹਾਂ, ਮੱਝ ਖਾਵੇਗੀ ਮੇਰੇ ਖਿਆਲ ਨਾ, ਖਾਵੇਗੀ ਮੱਝ। ਲਤਾਏਗੀ ਸੀ ਕਿ ਅੱਧਾ ਪੇਠੇ ਦਾ ਬਣਾ ਲਈਏ, ਲੇਕਿਨ ਨਾ ਰੱਖਣ ਦਾ ਕੋਈ ਫਾਇਦਾ ਨਹੀਂ ਹੋਣਾ, ਖਰਾਬ ਹੋ ਜਾਣਾ। ਨਹੀਂ ਤੇ ਅੱਧਾ ਰੱਖ ਲਈਏ ਕਿਉਂਕਿ ਅਸੀਂ ਇਹਨਾਂ ਦਾ ਖਾਣਾ ਕੋਈ ਨਹੀਂ, ਅੱਧੇ ਪੇਠੇ ਦਾ ਹੀ ਬਣਿਆ, ਸਾਨੂੰ ਨਹੀਂ ਮੁੱਕਣਾ ਸੀ। ਲੇਕਿਨ ਨਾ ਰੱਖ ਕੇ ਤੇ ਫਰਿੱਜ 'ਚ ਰੱਖ ਦੇਵਾਂ ਬਣਾ ਕੇ, ਫਰਿੱਜ 'ਚ ਨਹੀਂ ਖਰਾਬ। ਹਾਂਜੀ ਔਰ ਬਣਾਉਣਾ ਵੀ ਅਸੀਂ ਮਾਸ਼ਾਅੱਲਾ ਦੇਸੀ ਘੀ ਦਾ ਜ਼ਬਰਦਸਤ ਕਰਕੇ, ਵਿੱਚ ਪੈ ਨਹੀਂ ਬਦਾਮ ਵਗੈਰਾ ਸਾਰੀਆਂ ਚੀਜ਼ਾਂ, ਬਦਾਮ ਗਰੀ ਹੋਰ ਕਿਹੜੀ ਸ਼ਿਪ ਪਈ ਹੈ, ਸੌਗੀ ਪਈ ਹੈ, ਸੌਗੀ ਮਸਾਂ ਥੋੜ੍ਹੀ ਬਹੁਤੀਆਂ ਚੀਜ਼ਾਂ ਪਈਆਂ ਹੋਈਆਂ ਨੇ ਵਿੱਚ ਪਾ ਕੇ ਮਜ਼ੇਦਾਰ ਕਰਕੇ, ਦੇਸੀ ਘੀ ਪਾ ਕੇ ਤੜਕਾ ਲਾ ਕੇ, ਆਹਾ ਕਿਆ ਬਾਤ ਹੈ। ਔਰ ਬਣਾਉਣਾ ਦੇਸੀ ਸਟਾਈਲ ਨਾਲ ਹੀ ਹੈ ਜਿਵੇਂ ਸਾਨੂੰ ਵੱਲ ਆਉਂਦਾ ਹੈ, ਪਤਾ ਨਹੀਂ ਸ਼ਹਿਰਾਂ ਵਿੱਚ ਕਿਸ ਤਰ੍ਹਾਂ ਬਣਾਉਂਦੇ ਨਹੀਂ ਪਤਾ ਨਹੀਂ, ਲੇਕਿਨ ਅਸੀਂ ਜਿਸ ਤਰੀਕੇ ਬਣਾਉਂਦੇ ਹਾਂ ਉਸ ਤਰੀਕੇ ਤੁਹਾਨੂੰ ਬਣਾ ਕੇ ਦਿਖਾਉਣਾ। ਕਟਿੰਗ ਮੁਕੰਮਲ ਹੋ ਗਈ ਸੀ ਔਰ ਅੱਗ ਵੀ ਜਿਹੜੀ ਨਾ ਅਸੀਂ ਬਾਲ ਦਿੱਤੀ ਹੈ, ਦੋ ਟੋਕਰੇ ਜਿਹੜੇ ਹੈਗੇ ਨਾ ਭਰੇ ਹੋਏ ਨਿਕਲੇ ਨੇ। ਹੁਣ ਸੋਚਦੇ ਪਏ ਹਾਂ ਕਿ ਸਾਰੇ ਪਤਾ ਨਹੀਂ ਇਸ ਦੇ ਵਿੱਚ ਪੈ ਜਾਵਣਗੇ, ਕੜਾਹੀ ਛੋਟੀ ਲੱਗਦੀ ਹੈ। ਚਲੋ ਹੈਂ ਚਲੋ ਦੇਖਦੇ ਹਾਂ, ਬਾਕੀ ਦੋ ਲਿਆ ਨੇ ਅੱਛੀ ਤਰੀਕੇ, ਵੀ ਦੋ ਲਿਆ। ਹੁਣ ਨਹੀਂ ਬੋਲਣਾ ਨੇ, ਵੇਖ ਲਓ ਹੁਣ ਨਹੀਂ ਬੋਲਣ ਲੱਗੇ, ਪਿੱਛੋਂ ਬੋਲੀ ਜਾਂਦਾ ਮਿੱਠੂ ਮੀਆਂ। ਦੇਖੋ ਨਾ ਕਾਫੀ ਸਾਰੇ ਜਿਹੜੇ ਹੈਗੇ ਨੇ, ਅੱਧੀ ਟੋਕਰੀ ਜੀ ਹੋ ਗਈ ਹੈ, ਸਾਰੇ ਪੈ ਗਏ ਨੇ ਜ਼ਬਰਦਸਤ। ਬੋਇਲ ਹੋਣ ਲੱਗੇ, ਸਿਰਫ 2 ਮਿੰਟ ਲੱਗਣੇ ਨੇ, ਹੁਣੇ ਬੋਇਲ ਹੋ ਜਾਣੇ ਨੇ। ਬੰਦ ਕਰਤਾ ਸਰ, ਜਲਦੀ ਜਿਹੜਾ ਹੈਗਾ ਨਾ ਬੋਇਲ ਹੋ ਜਾਵਣਗੇ। ਪੇਠਾ ਹੋ ਰਿਹਾ ਜੀ ਬੋਇਲ, ਕਾਫੀ ਦੇਰ ਹੋ ਗਈ ਹੈ ਔਰ ਨਾਲ ਜਿਹੜਾ ਹੈਗਾ ਨਾ ਪਕਾਉਣ ਲੱਗਿਆ ਅਸੀਂ ਰੋਟੀਆਂ ਵੀ, ਪੇਠੇ ਦੇ ਹਲਵੇ ਨਾਲ ਜਿਹੜਾ ਹੈਗਾ ਨਾ ਰੋਟੀਆਂ ਖਾਵਾਂਗੇ। ਤੰਦੂਰ ਵੀ ਰਿਪੇਅਰ ਵਗੈਰਾ ਸੁਬਹ ਕੀਤਾ ਸੀ ਅਸੀਂ ਮਾੜਾ ਔਰ ਹੁਣ ਜਿਹੜਾ ਹੈਗਾ ਨਾ ਖੁਸ਼ਕ ਹੋਇਆ ਪਿਆ, ਅੱਗ ਵਗੈਰਾ ਬਾਲ ਦਿੱਤੀ ਵਿੱਚ, ਸੀਮਿੰਟ ਪਾਇਆ ਸੀ ਨਾ ਵਿੱਚ, ਹਾਂ 4 ਦਿਨ ਚਲੋ ਪੈ ਗਿਆ, ਪਾਣੀ ਦੁਬਾਰਾ ਛਿੜਕਿਆ ਵਾ ਤਾਂ ਕਿ ਜਿਹੜਾ ਨਾ ਫਟੇ ਨਾ, ਧੂੰਆਂ ਆਇਆ। ਬੇਗਮ ਸਾਹਿਬਾ ਮੇਰੇ ਵਾਸਤੇ ਲੈ ਕੇ ਆ ਰਹੀ ਹੈ ਪਾਣੀ, ਇੱਥੇ ਗਰਮੀ ਕਿ ਨਹੀਂ ਲੱਗਦੀ ਪਈ, ਅੱਗ ਬਲਦੀ ਪਈ ਨਾਲ ਤੇ, ਚੈੱਕ ਤੇ ਕਰ, ਹੋਏ ਨਹੀਂ ਬੋਇਲ, ਹੋ ਨਹੀਂ ਗਏ। ਹਾਂ ਪਾਪਾ ਤਕਰੀਬਨ 1 ਘੰਟਾ ਹੋ ਗਿਆ ਇਹਨੂੰ ਬੋਇਲ ਹੁੰਦਿਆਂ, ਮੇਰੇ ਖਿਆਲ ਨਾਲ ਹੁਣ ਨਾ ਤਿਆਰ ਹੋ ਗਿਆ ਹੋਣੇ ਨੇ ਔਰ ਇਹਦਾ ਪਾਣੀ ਵਗੈਰਾ ਵਿੱਚੋਂ ਕੱਢ ਕੇ ਅਤੇ ਫਿਰ ਇਹਨੂੰ ਜਿਹੜਾ ਹੈਗਾ ਨਾ ਮੱਧਾਂਗੇ, ਬੇਗਮ ਸਾਹਿਬ ਆ ਜਾਂਦੀ ਹੈ ਅਤੇ ਤੂੜੀ ਦੇ ਵਿੱਚ ਸੁੱਕੀਆਂ ਰੋਟੀਆਂ ਅਤੇ ਚੋਕਰ ਰਲਾ ਦਿੱਤਾ, ਚੋਕਰ ਕਹਿ ਲਓ ਤੁੱਕੀ ਕਹਿ ਲਓ, ਮੱਝ ਜਿਹੜਾ ਹੈਗਾ ਨਾ ਖਾ ਰਹੀ ਹੈ ਔਰ ਅਸੀਂ ਦੇਖੀਏ ਜੀ ਪੇਠੇ ਦਾ ਕਿੱਥੇ ਪਹੁੰਚਿਆ ਸਾਬਕ ਤਾਂ, ਓਏ ਹੋਏ ਹੋਏ ਇਸ ਸਾਈਡ 'ਤੇ ਅੱਗ ਕਿੰਨੀ ਲੱਗ ਅਤੇ ਗੜ ਗੜ ਕੇ ਅਤੇ ਬਿਲਕੁਲ ਪੱਕਿਆ ਪਿਆ ਹੈ ਕਿ ਨਹੀਂ, ਪਾਣੀ ਵਿੱਚੋਂ ਨਾ ਵੀ ਕੱਢੇ ਨਾ ਤਾਂ ਫਿਰ ਵੀ ਕੋਈ ਮਸਲਾ ਨਹੀਂ ਹੈ, ਪਾਣੀ ਵਿੱਚ ਹੀ ਹੱਲ ਹੋ ਜਾਵੇਗਾ ਜਦੋਂ ਆਪਾਂ ਤਿਆਰ ਕਰਾਂਗੇ ਨਾ ਅਤੇ ਆਟੋਮੈਟਿਕ ਹੋ, ਲੇਕਿਨ ਪਾਣੀ ਬੰਦਾ ਕੱਢ ਲਵੇ ਤੂੰ ਨਾ ਮੱਧ ਵਿੱਚ, ਬਲਕਿ ਪਾਣੀ ਵਿੱਚੋਂ ਨਾ ਕੱਢ ਲੈਂਦੇ ਹਾਂ ਕੋਈ ਨਹੀਂ ਮਸਲਾ ਨਿਕਲ ਜਾਵੇਗਾ ਪਾਣੀ ਔਰ ਮਾਸ਼ ਬਿਲਕੁਲ ਨਾ ਤਿਆਰ ਹੋਇਆ ਪਿਆ ਹਲਵੇ ਵਾਸਤੇ, ਦੇਖੋ ਨਾ ਹੱਥ ਹਿਲਾਇਆ ਜਿਹੜਾ ਹੈਗਾ ਨਾ ਨਰਮ ਇੰਨਾ ਹੋਇਆ ਪਿਆ ਨਾ, ਹੱਲ ਹੋ ਰਿਹਾ ਦੇਖੋ ਮਿਕਸ ਹੋ ਰਿਹਾ। ਚਲੋ ਮਾਸ਼ਾਅੱਲਾ
ਤੰਦੂਰ ਦੇ ਵਿੱਚ ਹੀ ਉੱਧਰ ਅੱਗ ਬਾਲ ਦਿੱਤੀ ਅਸੀਂ, ਅਤੇ ਹੁਣ ਪੇਠੇ ਦੇ ਚੱਕਰਾਂ 'ਚ ਅਸੀਂ ਪੈ ਗਏ ਹਾਂ। ਅਸੀਂ ਚਾਹ ਰਹੇ ਹਾਂ ਕਿ ਪੇਠਾ ਜਿਹੜਾ ਹੈਗਾ ਨਾ ਇਹ ਵੀ ਰੈਡੀ ਕਰ ਲਈਏ ਹਲਵਾ। ਹਾਂ ਓ ਆਇਆ ਓ ਆਇਆ ਸਾਰੇ ਕੱਪੜੇ ਬੇਹੀ ਫਿਰਦਾ, ਮੈਂ ਨਾ ਕੇ ਆਇਆ ਅੰਦਰ। ਚੂਜ਼ੇ ਚੂਜ਼ੇ ਨੇ ਚੀਨੀ ਪਾ ਦਿੱਤੀ, ਘੀ ਵੀ ਮੈਂ ਪਾ ਦਿੱਤਾ ਔਰ ਹਲਵਾ ਸਾਡਾ ਤਿਆਰ ਹੋ ਗਿਆ ਔਰ ਇਹਨੂੰ ਚੰਗੀ ਰੀਤੇ ਖੁਸ਼ ਕਰਾਂਗੀ। ਉਸ ਤੋਂ ਬਾਅਦ ਤਿਆਰ ਹੋ ਗਿਆ ਸੀ ਹਲਵਾ ਅਤੇ ਮੈਂ ਆਪਣੇ ਹਿਸਾਬ ਨਾਲ ਘੀ ਵੀ ਪਾਇਆ ਕਿਉਂਕਿ ਜਿਤਨਾ ਅਸੀਂ ਖਾ ਸਕਦੇ ਹਾਂ ਔਰ ਚੀਨੀ ਵੀ ਮੈਂ ਉਤਨੀ ਪਾ ਦਿੱਤੀ। ਔਰ ਅਗਰ ਜ਼ਿਆਦਾ ਮਿੱਠਾ ਖਾਣਾ ਹੋਵੇ ਚੀਨੀ ਜ਼ਿਆਦਾ ਪਾ ਦੇ, ਜੇ ਕੰਮ ਖਾਣਾ ਤਾਂ ਕੰਮ ਥੋੜ੍ਹੇ ਜਿਹੇ ਤੇਜ਼ ਮਿੱਠਾ ਖਾਂਦੇ ਹਾਂ, ਇਸ ਕਰਕੇ ਤਾਂ ਚੀਨੀ ਜਿਹੜੀ ਨਾ ਆਪਣੇ ਹਿਸਾਬ ਨਾਲ ਪਾ ਦਿੱਤੀ। ਅਲਹਮਦੁਲਿਲਾ ਜੀ ਹਲਵਾ ਬਣ ਕੇ ਰੈਡੀ ਹੋ ਚੁੱਕਿਆ। ਮੈਂ ਨਾਵਣ ਚਲਾ ਗਿਆ ਸੀ, ਕਾਫੀ ਜ਼ਿਆਦਾ ਗਰਮੀ ਲੱਗ ਰਹੀ ਸੀ, ਕੱਪੜੇ ਵਗੈਰਾ ਚੇਂਜ, ਔਰ ਹਲਵਾ ਬਣ ਕੇ ਬੇਗਮ ਸਾਹਿਬਾ ਰੈਡੀ ਕਰ ਰਹੇ। ਬੇਗਮ ਸਾਹਿਬ ਉੱਧਰ ਚਲੀ ਗਈ ਹੈ। ਚੈੱਕ ਕੀਤਾ, ਮਾਸ਼ਾਅੱਲਾ ਕਾਫੀ ਅੱਛਾ ਬਣ ਗਿਆ, ਜ਼ਬਰਦਸਤ। ਇਹ ਦੇਖੋ ਮਾਸ਼ਾਅੱਲਾ ਬਿਹਤਰੀਨ ਬਣਿਆ ਪਿਆ। ਸਿਰਫ ਇਹਦੇ ਅੰਦਰ ਨਾ ਹੁਣ ਤੁਸੀਂ ਸ਼ਾਮਿਲ ਕਰ ਸਕਦੇ ਹੋ ਗਰੀਆਂ, ਸੋਗੀਆਂ, ਮੇਵੇ, ਜਿਤਨੇ ਮਰਜ਼ੀ ਤੁਹਾਡੀ ਦਿਲ ਕਰਦੀ ਇਹਦੇ ਅੰਦਰ ਨਾ ਸ਼ਾਮਿਲ ਕਰ ਲਓ, ਬਸ ਉਹੀ ਚੀਜ਼ ਰਹਿ ਗਈ ਆ। ਹਲਵੇ ਦੇ ਚੱਕਰਾਂ ਵਿੱਚ ਨਾ ਤੰਦੂਰ, ਅਸੀਂ ਰੋਟੀਆਂ ਪਕਾਉਣ ਵਾਸਤੇ ਤੰਦੂਰ ਬਾਲਿਆ ਸੀ, ਸਾਨੂੰ ਯਾਦ ਹੀ ਕੋਈ ਨਹੀਂ ਰਿਹਾ। ਅਸੀਂ ਇੱਥੇ ਹਲਵਾ ਬਣਾਉਂਦੇ ਰਹਿ ਗਏ, ਤੰਦੂਰ ਵਿੱਚ ਅੱਗ ਬਾਲ ਕੇ ਮੁੱਝ ਮੁੱਝ ਵੀ ਕਹੀ, ਅੱਛਾ ਗੁੰਨਿਆ ਹੋਇਆ ਸੀ ਆਟਾ ਵਗੈਰਾ ਤਾਂ ਮੇਰੇ ਖਿਆਲ ਗੁੰਨ ਕੇ ਰੱਖ ਲਿਆ ਸੀ। ਹਾਂ ਇਹਦੇ ਚੱਕਰਾਂ ਵਿੱਚ ਅਸੀਂ ਜਿਹੜਾ ਹੈਗਾ ਨਾ ਤੰਦੂਰ ਨੂੰ ਭੁੱਲ ਗਏ ਅਤੇ ਉਹ ਸਾਡੀ ਅੱਗ ਬਾਲੀ ਹੋਈ ਨਾ ਲੱਕੜਾਂ ਵਗੈਰਾ ਨਾ ਜ਼ਾਇਆ ਹੋ ਗਈਆਂ। ਹਾਂ ਇਹ ਦੇਖੋ ਹੁਣ ਤਾਂ ਅੱਗ ਉੱਗ ਬਾਲ ਬੁਲ ਕੇ ਅੱਗ ਠੰਡੀ ਵੀ ਹੋਈ ਪਈ ਆ ਬਿਲਕੁਲ ਹੀ, ਲੇਕਿਨ ਇਹ ਕਿ ਦਿੱਲੀ ਪਾਈ ਵਗੈਰਾ ਹੋ ਗਈ ਸੀ, ਅੱਲਾ ਕੀਤਾ ਹੁਣ ਨਾ ਚਾਰ ਦਿਨ ਤੱਕ ਜਾਵੇਗਾ। ਉਹ ਥੱਲੋਂ ਵੀ ਤੰਦੂਰ ਜਿਹੜਾ ਹੈਗਾ ਨਾ ਟੁੱਟਿਆ ਖੜਾ ਹੈ, ਇਹ ਦੇਖੋ ਤੰਦੂਰ ਨਾ ਟੁੱਟ ਗਿਆ ਥੋੜ੍ਹੇ। ਹਲਵੇ ਦੇ ਵਿੱਚ ਪਾਉਣ ਲੱਗਿਆਂ ਜੀ ਬਦਾਮ ਕੁੱਟੇ ਹੋਏ ਅਤੇ ਨਾਲ ਕੋਈ ਗਰੀ ਸੌਗੀ, ਦੋ ਚਾਰ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਥੋੜ੍ਹਾ ਬਹੁਤ ਹੀ ਪਾਵਾਂਗੇ ਇਹਦੇ 'ਚ। ਪਾਣੀਆਂ ਤਾਂ ਚਾਹੀਦੀਆਂ ਨੇ ਵਾਹ ਵਾਹ ਸਾਰੀਆਂ, ਲੇਕਿਨ ਹੁਣ ਕਿਹੜੀਆਂ ਹੈਗੀਆਂ ਉਹ ਕਿਸੇ ਦਿਨ ਸਰਦੀਆਂ ਜਿਹੜੀਆਂ ਯੂਰਿੰਗਾ ਇਸ ਤਰ੍ਹਾਂ ਦਾ ਹਲਵਾ ਵੈਸੇ ਨਾ ਸਰਦੀਆਂ ਦੇ ਵਿੱਚ ਬਣਿਆ ਹੋਵੇ ਨਾ ਤਾਂ ਕਿਆ ਹੀ ਬਾਤ, ਲੇਕਿਨ ਸਰਦੀਆਂ ਦਾ ਪੇਠਾ ਨਹੀਂ ਮਿਲਦਾ, ਮਸਲਾ ਇਸ ਗੱਲ ਦਾ। ਇਹ ਕਹਿੰਦੇ ਵਾਸਤੇ ਪਾ ਰਹੀ, ਮੈਂ ਤਾਂ ਨਹੀਂ ਖਾਣਾ ਹਾਲੇ ਤੱਕ, ਇਹਨੂੰ ਠੰਡਾ ਕਰਾਂਗੇ ਫਰਿੱਜ ਦੇ ਵਿੱਚ ਬਿਹਤਰੀਨ ਕਰਕੇ, ਫਿਰ ਬਾਅਦ ਵਿੱਚ ਇਹ ਮੇਰੇ ਖਿਆਲ ਵੈਸੇ ਸਜਾ ਵਜਾ ਕੇ ਵਿਖਾਊਗੇ। ਲਓ ਜੀ ਹਲਵਾ ਹੋ ਗਿਆ ਰੈਡੀ, ਲਓ ਜੀ ਹਲਵਾ ਹੋ ਗਿਆ ਜੀ ਬਿਲਕੁਲ ਮਾਸ਼ਾਅੱਲਾ ਰੈਡੀ। ਸਰਦੀ ਹੁੰਦੀ ਤੇ ਫਿਰ ਤੇ ਖਾਈਆ ਗਰਮ ਗਰਮ, ਤੇ ਹੁਣ ਹੈਗੀ ਗਰਮੀ ਤੇ ਹੁਣ ਠੰਡਾ ਕਰਕੇ ਖਾਵਾਂਗੇ, ਨਹੀਂ ਤੇ ਹੁਣ ਤੱਕ ਜਿਹੜਾ ਹੈਗਾ ਨਾ ਖਾ ਲੈਣਾ ਸੀ ਗਰਮ ਹਲਵਾ ਹੈ। ਅੱਗੇ ਜਿਹੜਾ ਹੈਗਾ ਨਾ ਬਸ ਜੀ ਬਣੀ ਖੜੀ, ਅੱਜ ਨਾ ਹਵਾ ਬੰਦ ਹੈ ਬਿਲਕੁਲ, ਦੇਖੋ ਨਾ ਹਵਾ ਵਗੈਰਾ ਨਹੀਂ ਹੈ, ਅੱਗੇ ਹਵਾ ਚੱਲੀ ਹੁੰਦੀ ਸੀ ਸਾਰੇ ਵਿੱਚ ਪਾ ਦੇ। ਔਰ ਚਾਂਦ ਮਾਸ਼ਾਅੱਲਾ ਨਿਕਲਿਆ ਹੋਇਆ ਜੀ ਚਿੱਟੇ ਦਿਨ।
ਪੱਠੇ ਵੀ ਬਣਾਉਣ ਵਾਲੇ ਨੇ ਅੱਗੇ ਤੁਹਾਨੂੰ ਵਿਖਾਇਆ ਸੂਰਜ ਜਿਹੜਾ ਹੈਗਾ ਨਾ ਬਿਲਕੁਲ ਹੋਇਆ ਪਿਆ ਗਰੂਬ ਦੇਖੋ ਲਾਸਟ ਲਾਈਨ ਸੂਰਜ ਦੀ ਚੱਲਦੀ ਪਈ ਆ ਪੱਠੇ ਵੱਢ ਕੇ ਲੈ ਕੇ ਆ ਗਿਆ ਔਰ ਪੱਠੇ ਨੇ ਇੱਥੋਂ ਹੀ ਵੱਡੇ ਨੇ ਅੱਜ ਸਮੁੜ ਕੇ ਨਾ ਮਸਾਇਆ ਉਹਨਾਂ ਨੇ ਹੱਥ ਲਾਇਆ ਹੋਇਆ ਨਾਲ ਅਸੀਂ ਵੀ ਜਿਹੜਾ ਲਾ ਦਿੱਤਾ ਸਫ਼ਰ ਜਿਹੜਾ ਕਰਨਾ ਪੈਂਦਾ ਸੀ ਨਾ ਅੱਲਾ ਕੀਤਾ ਉਸ ਤੋਂ ਜਾਨ ਛੁੱਟੀ ਇੱਥੋਂ ਨਜ਼ਦੀਕ ਹੀ ਜਿਹੜਾ ਵੱਢਣੇ ਪੈਂਦੇ ਨੇ ਹੁਣ ਬੇਗਮ ਸਾਹਿਬਾ ਰੋਟੀਆਂ ਵਗੈਰਾ ਪਕਾ ਰਹੀ ਆ ਰੋਟੀਆਂ ਬੜੀਆਂ ਲੇਟ ਹੋ ਗਈਆਂ ਦੁਪਹਿਰ ਟਾਈਮ ਲੱਗੇ ਸੀ ਅਸੀਂ ਦੇਖ ਲਓ ਸ਼ਾਮ ਹੋ ਗਈ ਹਾਂਜੀ ਕੀ ਅੱਜ ਚੱਲੇਗਾ ਜੀ ਹਲਵਾ ਰੋਟੀ ਪਾਪਾ ਪਾਪਾ ਨਾ 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 ਤੂੰ ਪਾਪਾ ਕਹਿ ਪਾਪਾ 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 ਨਹੀਂ ਨਹੀਂ ਪਾਪਾ ਕਹਿਣਾ ਫਿਰ ਤੈਨੂੰ 10 ਰੁਪਏ ਨਹੀਂ 10 ਰੁਪਏ ਦੇਵਾਂਗਾ ਪਾਪਾ ਪਾਪਾ ਉਹ ਪਾਪਾ ਕਹਿ ਪਾਪਾ ਪਾਪਾ ਨਹੀਂ ਕਹਿ ਚੱਲ ਨਹੀਂ ਚੱਲ ਨਹੀਂ ਕਰ ਪਾ ਜਾ ਤੈਨੂੰ ਚੱਕਣਾ ਹੀ ਨਹੀਂ ਚੱਲ ਨੱਸ ਜਾ ਪਾਪਾ ਅਸੀਂ ਤਾਂ ਵੇ ਕਿੱਡਾ ਸ਼ਰਾਰਤੀ ਪਾਪਾ ਪਾਪਾ ਮੱਝ ਨੂੰ ਪਤਾ ਲੱਗ ਗਿਆ ਪੱਠੇ ਆ ਗਏ ਨੇ ਮੱਝ ਉਧਰੋਂ ਮੂੰਹ ਕੱਢ ਕੇ ਨਾ ਦੇਖਦੀ ਪਈ ਪੱਠੇ ਪਈ ਉਹ ਪਏ ਹੋਏ ਨੇ ਆ ਦੇਖੋ ਜਿਹੜੀ ਇਹਨਾਂ ਬੈਡ ਨਿਊਜ਼ ਸੁਣ ਲਓ ਈਦ ਸੁਬਹ ਈਦ ਹੈ ਅਤੇ ਅੱਜ ਸਾਡਾ ਇਹਨਾਂ ਨੁਕਸਾਨ ਹੋ ਗਿਆ ਸਾਡਾ ਜਿਹੜਾ ਯੂ ਪੀ ਐੱਸ ਲੱਗਾ ਹੋਇਆ ਸੀ ਨਾ ਉਹ ਹੋ ਗਿਆ ਜੀ ਬੰਦ ਪਤਾ ਨਹੀਂ ਉਹਨੂੰ ਕੀ ਹੋਇਆ ਯਕਾਦਮ ਜਿਹੜਾ ਇਹਨਾਂ ਦਾ ਐਰਰ ਆਇਆ ਟੀ 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 ਮਤਲਬ ਜਿਵੇਂ ਨਾ ਕੋਈ ਬੰਬ ਫੱਟਣ ਵਾਲਾ ਹੁੰਦਾ ਉਸ ਤਰ੍ਹਾਂ ਦਾ ਜਿਹੜਾ ਹੈ ਵੇਗਾ ਹੈਗਾ ਉਸ ਤਰ੍ਹਾਂ ਦਾ ਜਿਹੜਾ ਹੈਗਾ ਨਾ ਮਸਾਂ ਯਕਦਮ ਆਇਆ ਅਤੇ ਉਸ ਤੋਂ ਬਾਅਦ ਉਹ ਕਰੰਟ ਨਹੀਂ ਦੇ ਰਿਹਾ ਬਿਲਕੁਲ ਜਿਹੜਾ ਹੈਗਾ ਨਾ ਕਰੰਟ ਉਹਦੇ ਵਿੱਚ ਆ ਹੀ ਨਹੀਂ ਰਿਹਾ ਅੱਗੇ ਨਹੀਂ ਆ ਰਿਹਾ ਮਸਾਂ ਨਾ ਚਾਰਜਿੰਗ ਹੁੰਦਾ ਪਿਆ ਅਤੇ ਨਾ ਅੱਗੇ ਜਿਹੜਾ ਹੈਗਾ ਨਾ ਕਰੰਟ ਦੇ ਰਿਹਾ ਨਾ ਉਹ 'ਤੇ ਸੋਲਰ ਲੱਗੇ ਨਾ ਉਹ ਚਲਾ ਰਿਹਾ ਕੁਛ ਵੀ ਨਹੀਂ ਉਹਦਾ ਇੱਕ ਕੁਸ਼ਚਨ ਹੈ ਮਸਾਂ ਉਹਨੂੰ ਕੋਈ ਥੱਲੇ ਲਾ ਕੇ ਨਾ ਉਹਨੂੰ ਅੱਛੀ ਤਰੀਕੇ ਚੈੱਕ ਕਰਨਾ ਸ਼ਾਇਦ ਜਿਹੜਾ ਹੈਗਾ ਨਾ ਫਿਊਜ਼ ਉੱਡ ਗਿਆ ਹੋਵੇ ਜਾਂ ਐਸਾ ਕੋਈ ਅਗਰ ਮਸਲਾ ਬਣਿਆ ਤਾਂ ਫਿਰ ਤਾਂ ਮੈਂ ਗਾਰੀ ਹੱਲ ਕਰ ਲਵਾਂ ਅਗਰ ਮੇਨ ਮਸਲਾ ਬਣ ਗਿਆ ਅਤੇ ਫਿਰ ਉਹਨੂੰ ਸ਼ਹਿਰ ਲਿਜਾਣਾ ਪੈਣਾ ਹੁਣ ਸੁਬਹ ਈਦ ਹੈ ਅਤੇ ਬਿਜਲੀ ਗਈ ਅਤੇ ਪਰੇਸ਼ਾਨੀ ਬਣੇਗੀ ਔਰ ਈਦ 'ਤੇ ਦੁਕਾਨਾਂ ਵੀ ਜਿਹੜੀਆਂ ਨੇ ਖੁੱਲ੍ਹੀਆਂ ਖੋਲ੍ਹੀਆਂ 3-4 ਛੁੱਟੀਆਂ ਨੇ ਸੁਣਨਾ ਇਹੀਓ ਦੁਆ ਕਰਨੇ ਆ ਕਿ ਅੱਲਾ ਕਰੇ ਖੋਲ੍ਹ ਕੇ ਮੈਂ ਚੈੱਕ ਕਰਾਂਗਾ ਅਗਰ ਬਣ ਗਿਆ ਠੀਕ ਹੈ ਅਤੇ ਈਦ 'ਤੇ ਬਿਜਲੀ ਨਾ ਜਾਵੇ ਕਿਉਂਕਿ ਸਾਡੇ 'ਚ ਹੋਰ ਤਾਂ ਇੰਤਜ਼ਾਮ ਹੈ ਕੋਈ ਨਹੀਂ ਸੋਲਰ ਪਲੇਟਾਂ 'ਤੇ ਡਾਇਰੈਕਟ ਚਲਾਵਣ ਵਾਲੇ ਪੱਖੇ ਵੀ ਕੋਈ ਨਹੀਂ ਹੈ ਅਤੇ ਅੱਲਾ ਖੈਰ ਕਰੇਗਾ ਬਹਰਾਲ ਪੱਕ ਨਹੀਂ ਗਈਆਂ ਹਾਂ ਬਸ ਇੱਕ ਰੋਟੀ ਰਹਿ ਗਈ ਐਮਰਜੈਂਸੀ ਅਸੀਂ ਹੁਣ ਜਿਹੜਾ ਹੈਗਾ ਸਮਝ ਲਓ ਕਿ ਫਰਸ਼ ਵਗੈਰਾ ਵੀ ਧੋਤਾ ਹੈ ਸਾਰਾ ਕਿਉਂਕਿ ਸੁਬਹ ਈਦ ਦੇ ਮੈਂ ਚਲੋ ਧੋ ਹੀ ਲਈਏ ਪੱਠੇ ਹਾਲੇ ਤੱਕ ਉੱਥੇ ਪੈਣ ਹੁਣ ਚੱਕ ਕੇ ਜਿਹੜਾ ਪਾਣੇ ਪੂਣੇ ਨੇ ਔਰ ਰਮਾਨ ਸਾਹਿਬ ਪੈਰ ਪੂਰ ਆਪਣੇ ਧੋ ਰਿਹਾ ਔਰ ਹਾਲੇ ਇਧਰੋਂ ਸਫਾਈ ਜਿਹੜੀ ਸੁਬਹ ਹੀ ਹੁਣ ਕਰਾਂਗੇ ਮਾੜਾ ਮੋਟਾ ਜਿਹੜਾ ਦੇ ਬਾਕੀ ਇਧਰ ਰੈਡੀ ਹੋ ਗਿਆ ਸੀ ਔਰ ਮਾਸ਼ਾਅੱਲਾ ਖੁਸ਼ਖਬਰੀ ਜਿਹੜੀ ਹੈਗੀ ਨਾ ਹੈ ਬੈਡ ਨਿਊਜ਼ ਦੇ ਨਾਲ ਖੁਸ਼ਖਬਰੀ ਆ ਗਈ ਯੂ ਪੀ ਐੱਸ ਨੂੰ ਮੈਂ ਬਿਲਕੁਲ ਬੰਦ ਕਰਕੇ ਨਾ ਠੀਕ ਹੈ ਅਤੇ ਰੀਸੈਟ ਕੀਤਾ ਇਹਨੂੰ ਅਤੇ ਇਹ ਮਾਸ਼ਾਅੱਲਾ ਨਾਲ ਸਹੀ ਚੱਲ ਗਿਆ ਹੁਣ ਸੁਬਹ ਦੇਖਾਂਗੇ ਅੱਲਾ ਕਰੇ ਇਹ ਅਸਲ 'ਤੇ ਇਹਨਾਂ ਨੂੰ ਖਰਾਬ ਨਹੀਂ ਹੋਇਆ ਕਿਸੇ ਕਿਸਮ ਦਾ ਇਹਦੇ ਅੰਦਰ ਨਾ ਗੱਟਾ ਬਹੁਤ ਹੋਇਆ ਕਹਿੰਦੇ ਮੱਟੀ ਇੰਨੀ ਜ਼ਿਆਦਾ ਹੋ ਗਈ ਹੈ ਨਾ ਮੇਰੇ ਕੋਲ ਡਸਟ ਦੀ ਵਜ੍ਹਾ ਤੋਂ 2 ਸਾਲ ਹੋ ਗਏ ਉਹਨੂੰ ਨਾ ਬਿਲਕੁਲ ਸਾਫ਼ ਹੀ ਨਹੀਂ ਕੀਤਾ 2 ਸਾਲ ਹੋ ਗਏ ਨੇ ਇਹਦੀ ਵਜ੍ਹਾ ਤੋਂ ਜਿਹੜਾ ਉਹਨੂੰ ਐਰਰ ਵਗੈਰਾ ਦੇ ਰਿਹਾ ਅਤੇ ਇਹਨੂੰ ਹੁਣ ਈਦ ਤੋਂ ਬਾਅਦ ਹੀ ਸਾਫ਼ ਕਰਾਂਗੇ ਖੋਲ੍ਹ ਖੋਲ੍ਹ ਕੇ
ਹਲਵਾ ਵਗੈਰਾ ਖਾਇਆ ਮਾਸ਼ਾਅੱਲਾ ਬੜਾ ਹੀ ਟੇਸਟੀ ਜ਼ਬਰਦਸਤ ਬਣਿਆ ਹੋਇਆ ਸੀ। ਨਾਲ ਇੱਕ ਔਰ ਬੈਡ ਨਿਊਜ਼ ਸੁਣ ਲਓ ਫਿਰ, ਖੁਸ਼ਖਬਰੀ ਤੇ ਬੈਡ ਨਿਊਜ਼, ਮੇਰਾ ਮੋਟਰਸਾਈਕਲ ਹੋਇਆ ਪਿਆ ਹੈ ਜੀ ਪੰਚਰ। ਹੁਣ ਅੱਧੀ ਰਾਤ ਨੂੰ ਪੰਚਰ ਲਾਉਣ ਵਾਲਾ ਵੀ ਪਿੰਡ ਵਿੱਚ ਕੋਈ ਨਹੀਂ, ਹੁਣ ਬੰਦਾ ਕਿਹੜੇ ਪਾਸੇ ਜਾਵੇ। ਆ ਦੇਖੋ ਹਵਾ ਨਿਕਲੀ ਪਈ ਆ, ਬਸ ਥੋੜ੍ਹੀ ਜਿਹੀ ਹਵਾ ਰਹਿ ਗਈ ਹੈ। ਐਂ ਦੇਖੋ ਨਾ, ਬਿਲਕੁਲ ਐਵੇਂ ਹਵਾ ਬਿਲਕੁਲ ਨਿਕਲੀ ਪਈ ਆ। ਹੁਣ ਬੰਦਾ ਥੋੜ੍ਹੀ ਬਹੁਤੀ ਹਵਾ ਹੈ, ਲੇਕਿਨ ਸ਼ਹਿਰ ਵੀ ਲੈ ਕੇ ਜਾ ਸਕਦੇ ਹਾਂ, ਲੇਕਿਨ ਸ਼ਹਿਰ ਜਾਂਦਿਆਂ ਪਹਿਲੇ ਪਹਿਲੇ ਅਗਰ ਨਿਕਲ ਗਿਆ ਨਾ ਫਿਰ ਤੋਰਨਾ ਪੈਣਾ। ਸ਼ਹਿਰ ਜਾਣਾ ਇਸ ਕਰਕੇ ਜ਼ਰੂਰੀ ਸੀ, ਬੱਚਿਆਂ ਦੀਆਂ ਸਿਰਫ ਨਾ ਜੁੱਤੀਆਂ ਰਹਿੰਦੀਆਂ ਸੀ, ਯਾਨੀ ਸ਼ੂਜ਼ ਵਗੈਰਾ ਬੱਚਿਆਂ ਦੇ ਲੈਣੇ ਨੇ, ਔਰ ਇਸ ਤੋਂ ਇਲਾਵਾ ਕਹਿ ਰਹੇ ਜੀ ਸਾਨੂੰ ਲਿਆ ਕਰੋ ਜੀ ਕੋਨ ਮਹਿੰਦੀ, ਉਹ ਲੈ ਕੇ ਆਉਣੀ ਹੈ। ਅਤੇ ਹੁਣ ਮੈਂ ਚੱਕਣ ਲੱਗਿਆ ਜੀ ਦੂਸਰਾ ਮੋਟਰਸਾਈਕਲ, ਉਹ ਜਿਹੜਾ ਅੰਦਰ ਪਿਆ ਹੋਇਆ, ਦੇਖਦੇ ਹਾਂ ਇਹ ਤਾਂ ਕਿਧਰੇ ਨਹੀਂ ਪੰਚਰ ਪੁੰਚਰ ਹੋਇਆ ਪਿਆ। ਅੱਜ ਕੰਮ 'ਤੇ ਆ ਗਿਆ ਨਾ? ਨਹੀਂ, ਇਹ ਠੀਕ ਹੈ ਮਾਸ਼ਾਅੱਲਾ, ਕਿਉਂ ਕਾਫੀ ਹਵਾ ਇਹਦੇ ਵਿੱਚ ਕੰਮ ਹੈ, ਲੇਕਿਨ ਨਾ ਇਹ ਠੀਕ ਪਿਆ ਹੋਇਆ, ਇਹਦੀ ਸਾਫ਼ ਸੁਥਰਾ ਕਰਨੇ ਆ। ਚਲੋ ਅੱਜ ਇਹਨੂੰ ਚਲਾਉਣ ਦਾ ਮੌਕਾ ਤਾਂ ਮਿਲ ਗਿਆ ਨਾ, ਔਰ ਇਹ ਵੀ ਬਣਵਾਉਣ ਵਾਲਾ ਬਿਲਕੁਲ ਵਿਚਾਰਾ ਨਾ ਖਰਾਬ ਹੋਇਆ ਪਿਆ, ਲੇਕਿਨ ਚੱਲਦਾ ਹੈ ਬਿਹਤਰੀਨ, ਟਾਪੇ ਟੂਪੇ ਦੇ ਸੈੱਟ ਕਰਨ ਵਾਲੇ ਨੇ।